5 ਸਾਲ ਬਾਅਦ ਕੀ ਕਰਨਾ ਹੈ ਇਹ ਤੁਹਾਨੂੰ ਅੱਜ ਪਤਾ ਹੋਣਾ ਚਾਹੀਦਾ ਤੇ ਬੜਾ ਡਿਪੈਂਡ ਕਰਦਾ ਹੈ ਕਿ ਤੁਸੀਂ ਜਿੱਥੇ ਕੰਮ ਸਿੱਖ ਰਹੇ ਹੋ ਉੱਥੇ ਕਿੰਨੇ ਪੀੜੇ ਲੱਗ ਰਹੇ ਨੇ ਕੋਈ ਆਖਦਾ ਮੈਂ 1 ਮਹੀਨੇ ਸਿੱਖ ਲੈਣਾ ਵਾ ਉਹ ਝੂਠ ਬੋਲਦਾ ਜੇ ਹਾਂਜੀ ਅਸਲਾਮੁਅਲੈਕਮ ਮੈਂ ਆ ਤੁਹਾਡਾ ਆਪਣਾ ਜ਼ੈਰ ਅਬਾਸ ਤੇ ਤੁਸੀਂ ਵੇਖ ਰਹੇ ਹੋ ਜ਼ੈਰ ਅਬਾਸ ਐਮ ਡਬਲਯੂ ਚੈਨਲ ਅੱਜ ਦਾ ਸਾਡਾ ਟੌਪਿਕ ਇਹ ਵੇ ਕਿ ਜੋ ਕਿ ਕਾਫੀ ਮੈਸੇਜ ਸਾਨੂੰ ਆਉਂਦੇ ਨੇ ਕਿ ਇੱਕ ਬੰਦਾ ਪੀਜ਼ਾ ਮੇਕਰ ਦਾ ਕੰਮ ਕਿੰਨੇ ਟਾਈਮ ਚ ਸਿੱਖ ਲੈਂਦਾ ਹੈ ਦੋ ਲਫ਼ਜ਼ੀ ਗੱਲ ਇਹ ਕਰਾਂ ਦੇ ਕਿ ਅਗਰ ਇੱਕ ਨਵਾਂ ਬੰਦਾ ਹੈ ਜਿੰਨੂੰ ਜ਼ਬਾਨ ਵੀ ਨਹੀਂ ਆਂਦੀ ਤੇ ਕਿਚਨ 'ਚ ਉਹਨੇ ਕੰਮ ਵੀ ਨਹੀਂ ਕੀਤੇ ਆ ਉਹਨੂੰ ਕੰਮ ਅਜ਼ ਘੱਮ 6 ਮਹੀਨੇ ਚਾਹੀਦੇ ਨੇ ਉਹਦੇ ਤੋਂ ਬਾਅਦ ਉਹ ਅਗਲੇ 6 ਮਹੀਨੇ ਐਜ਼ ਹੈਲਪਰ ਕੰਮ ਕਰ ਸਕਦਾ ਜੇ ਇੱਕ ਬੰਦਾ ਉਹਨੂੰ ਜ਼ਬਾਨ ਆਂਦੀ ਏ ਕਿਉਂਕਿ ਉਹਨੂੰ ਜਲਦੀ ਚੀਜ਼ਾਂ ਦੇ ਨਾਵਾਂ ਦਾ ਪਤਾ ਲੱਗ ਗਿਆ ਦਾ ਕਿਉਂਕਿ ਪਹਿਲੇ 2 ਮਹੀਨੇ ਤੇ ਚੀਜ਼ਾਂ ਨਾਵਾਂ ਦਾ ਹੀ ਨਹੀਂ ਪਤਾ ਲੱਗਦਾ ਉਹਨੂੰ ਜ਼ਬਾਨ ਆਂਦੀ ਏ ਜੇ ਉਹਨੇ ਕਿਚਨ 'ਚ ਵੀ ਕੰਮ ਕੀਤੇ ਆ ਤੇ ਉਹਨੂੰ ਤਕਰੀਬਨ 3.5 ਤੋਂ 4 ਮਹੀਨੇ ਲੱਗ ਜਾਂਦੇ ਆ ਅਗਰ ਕਿਸੇ ਬੰਦੇ ਨੇ ਇੱਕ ਕੰਮ ਸਿੱਖ ਕੇ ਤੇ ਆਪਣਾ ਬਿਜ਼ਨਸ ਕਰਨਾ ਹੈ ਉਹਦੇ ਵਾਸਤੇ ਸਪੈਸ਼ਲ مشਵਰਾ ਹੈ ਕਿ ਉਹਨੂੰ ਕਮ ਅਜ਼ ਕੰਮ 2 ਸਾਲ ਕੰਮ ਇਹ ਕਰਨਾ ਚਾਹੀਦਾ ਕਿਸੇ ਕੋਲ ਪਹਿਲੇ 6 ਮਹੀਨੇ ਸਿੱਖਣੇ ਵਿੱਚ ਅਗਲੇ 6 ਮਹੀਨੇ ਵੈਲਪਰ ਤੇ ਅਗਲੇ 1 ਸਾਲ ਐਜ਼ ਅ ਪੀਜ਼ਾ ਮੇਕਰ ਪ੍ਰੋਫੈਸ਼ਨਲ ਤੌਰ ਤੇ ਕਿਧਰੇ ਨਾ ਕਿਧਰੇ ਉਹਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਉਹਨੂੰ ਬੜੀਆਂ ਚੀਜ਼ਾਂ ਦੀ ਸਮਝ ਆ ਜਾਏਗੀ ਅਗਰ ਤੁਸੀਂ ਚਾਹੋ ਨਾ ਕਿ ਮੈਂ 2-4 ਮਹੀਨੇ ਕੰਮ ਸਿੱਖ ਕੇ ਤੇ ਆਪਣਾ ਪੀਜ਼ਾ ਸ਼ਾਹ ਬਣਾ ਲਾਂਦਾ ਜਾਂ ਰੈਸਟੋਰੈਂਟ ਬਣਾ ਲਾਂਦਾ ਇਟਾਲੀਅਨ ਤੇ ਉਹ ਤੁਹਾਡੀ ਗਲਤਫਹਿਮੀ ਹੋਵੇ ਦੀ ਉਹਦਾ ਵੀ ਤੁਹਾਡਾ ਨੁਕਸਾਨ ਹੀ ਹੋਵੇਦਾ ਕਿ ਤੁਸੀਂ ਆਪਣੇ ਇਨਵੈਸਟ ਕੀਤੇ ਪੈਸੇ ਵਿਜ਼ਾ ਆ ਕਰ ਲੋਦੇ ਜੋ ਕਿ 90% ਚਾਂਸ ਜਾਇਆ ਹੋਣੇ ਤੇ ਨਹੀਂ ਇਸ ਵਾਸਤੇ ਇਹਨਾਂ ਚੀਜ਼ਾਂ 'ਲ ਖਾਸ ਖਿਆਲ ਇਹ ਰੱਖਣਾ ਹੁੰਦਾ ਹੈ ਤੇ ਕੁਝ ਬੰਦਿਆਂ ਦਾ ਖਿਆਲ ਇਹ ਹੁੰਦਾ ਹੈ ਕਿ ਪੀਜ਼ਾ ਮੇਕਰੀ ਕਿਹੜਾ ਕੰਮ ਹੈ ਐ ਬਾਸ ਜੀ ਨਾਕ ਜਾਣਾ ਜਾ ਕੇ ਸਿੱਖ ਲੈਣਾ ਹੈ ਮੇਰੇ ਭਰਾਵੋ ਪਹਿਲੇ 1 ਮਹੀਨੇ ਵਿੱਚ ਤੇ ਸਾਨੂੰ ਚੀਜ਼ਾਂ ਦੀਆਂ ਨਾਵਾਂ ਦਾ ਵੀ ਨਹੀਂ ਪਤਾ ਹੁੰਦਾ ਆਟਾ ਜਿਹੜੀ ਚੀਜ਼ ਤੁਸੀਂ ਸਿੱਖਦੇ ਹੋ ਕਿਸੇ ਕੋਲੋਂ ਉਹ ਤੇ ਸ਼ਾਇਦ ਅਗਰ ਤੁਸੀਂ 20 ਵਾਰੀ ਲਗਾਤਾਰ ਗੁੰਨੂ ਤੇ ਤੁਹਾਨੂੰ ਆ ਜਾਦਾ ਕਿਉਂਕਿ 20 ਦਿਨਾਂ ਵਿੱਚ 20 ਵਾਰੀ ਨਾਰਮਲ ਕੋ ਚੰਦਾ ਬਾਕੀ ਇੱਥੇ ਇੱਕ ਹੋਰ ਗੱਲ ਐਡ ਕਰਾਂ ਦਾ ਕਿ ਕਿਹੜੀ ਜਗ੍ਹਾ ਉਤੇ ਕੰਮ ਸਿੱਖਣਾ ਚਾਹੀਦਾ ਤੇ ਜਿੱਥੇ ਬੰਦਾ ਜਲਦੀ ਸਿੱਖ ਜਾਂਦਾ ਜਗਾ ਤੇ ਬੜਾ ਡਿਪੈਂਡ ਕਰਦਾ ਹੈ ਕਿ ਤੁਸੀਂ ਜਿੱਥੇ ਕੰਮ ਸਿੱਖ ਰਹੇ ਹੋ ਉੱਥੇ ਕਿੰਨੇ ਪੀਜ਼ੇ ਲੱਗ ਰਹੇ ਨੇ ਅਗਰ ਉੱਥੇ ਦਿਨ ਦੇ ਲੱਗ ਰਹੇ ਨੇ 20 ਪੀਜ਼ੇ ਤੇ 100 ਪੀਜ਼ਾ ਲਾਉਣੇ ਵਾਸਤੇ ਤੁਹਾਨੂੰ 5 ਦਿਨ ਚਾਹੀਦੇ ਨੇ ਅਗਰ ਉੱਥੇ ਪੀਜ਼ਾ ਲੱਗ ਰਿਹਾ 100 ਤੇ ਤੁਸੀਂ ਇੱਕ ਦਿਨ ਚੋਂ ਨਾਲ ਸਿੱਖ ਜਾਓ ਤੇ ਜੋ ਤੁਸੀਂ ਪਈਆਂ ਜਿਨਾਂ ਸਿੱਖਣਾ ਕਿਉਂਕਿ ਜਿੰਨਾ ਵੀ ਤੁਸੀਂ ਪ੍ਰੈਕਟੀਕਲ ਆਪਣੇ ਅੱਥਰ ਨਾਲ ਕਰੋ ਦੇਣਾ ਉਹਨਾਂ ਹੀ ਤੁਹਾਨੂੰ ਜ਼ਿਆਦਾ ਸਮਝ ਆਵੇਗੀ ਇਸ ਵਾਸਤੇ ਉਸ ਚੀਜ਼ ਨੂੰ ਆਪਣਾ ਸਿਲੈਕਟ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਅਸੀਂ ਐਸਾ ਹੈ ਕਿ ਕੰਮ ਐਜ਼ ਅ ਹੈਲਪਰ ਕਿਦਰ ਜਾ ਕੇ ਐਡ ਹੋ ਜਾਣੇ ਆ ਜਾਂ ਕਿਦਰੇ ਕੰਮ ਸਿੱਖਣੇ ਵਾਸਤੇ ਅਸੀਂ ਜਾਣੇ ਆ ਰਸਕਣੇ ਆ ਚਲ ਯਾਰ ਛੋਟਾ ਮੋਟਾ ਕੰਮ ਸਿਖਲਾਉਂਦੇ ਲੇਕਿਨ ਜਿੱਥੇ ਕੰਮ ਜ਼ਿਆਦਾ ਹੋਵੇਦਾ ਉੱਥੇ ਤੁਹਾਡੇ ਜ਼ਿਆਦਾ ਸਿੱਖਣੇ ਦਾ ਮੌਕਾ ਲੱਭੇਦਾ ਤੇ ਜਲਦੀ ਸਿੱਖਣੇ ਦਾ ਮੌਕਾ ਲੱਭੇਦਾ ਦੂਸਰੀ ਗੱਲ ਇਹ ਵੇ ਕਿ ਬੰਦੇ ਦੇ ਸਿੱਖਣੇ ਤੇ ਬੜਾ ਡਿਪੈਂਡ ਹੈ ਆਪ ਤੁਸੀਂ ਵਾਕਈ ਸਿੱਖਣਾ ਚਾਹੁੰਦੇ ਹੋ ਜਾਂ ਆਪਣਾ ਟਾਈਮ ਜ਼ਾਇਆ ਕਰਨ ਜਾਂਦੇ ਹੋ ਬੜੀ ਵਾਰੀ ਤੁਹਾਨੂੰ ਇਹ ਲੱਗਦਾ ਹੈ ਕਿ ਮੈਂ ਜਾਣਾ ਹੈ ਆਫਟਰ ਡੇਡ ਜੋ ਮੈਂ ਸ ਉਹ ਬਾਅਦ ਵਿੱਚ ਤੁਸੀਂ ਨਸ ਜਾਂਦੇ ਹੋ ਉਹ ਅਫਟਰਡੇਟ ਵੀ ਤੁਸੀਂ ਆਪਣਾ ਜ਼ਾਇਆ ਕਰਦੇ ਹੋ ਹਕੀਕਤ ਵਿੱਚ ਡਿਸਾਈਡ ਕਰਨਾ ਪੈਂਦਾ ਕਿਉਂਕਿ ਕੋਈ ਵੀ ਕੰਮ ਉਹਦੇ ਪਹਿਲੇ ਡਿਸੀਜਨ ਲੈਣੇ ਪੈਂਦੇ ਨੇ ਕਿ ਮੈਂ ਵਾਕਈ ਇਹ ਕਰ ਸਕਣਾ ਵਾਂ ਕਿਉਂਕਿ ਕਈ ਵਾਰੀ ਆਸਾ ਹੁੰਦਾ ਕਿ ਅਸੀਂ ਜਲਦੀ ਅਮੀਰ ਹੋਣਾ ਚਾਹੁੰਦੇ ਆ ਅਸੀਂ ਆਨੇ ਅਫਟਰਡੇਟ ਵਜ੍ਹਾ ਸਹੀ ਕੰਮ ਸਿੱਖ ਜਾਣਾ ਬਾਅਦ ਵਿੱਚ ਸਾਡੇ ਕੋਲ ਕੋਈ 35-40 ਹਜ਼ਾਰ ਯੂਰੋ ਆਵੇ ਅਸੀਂ ਉਹ ਇਨਵੈਸਟ ਕਰਕੇ ਆਪਣਾ ਦੁਕਾਨ ਬਣਾ ਲੈਣੀ ਹੈ ਤੇ ਬਾਅਦ ਵਿੱਚ ਪੈਸੇ ਆਉਣ ਲੱਗ ਪੈਣਗੇ ਐਸਾ ਨਹੀਂ ਹੈ ਤੁਸੀਂ 5 ਸਾਲ ਬਾਅਦ ਕੀ ਕਰਨਾ ਹੈ ਇਹ ਤੁਹਾਨੂੰ ਅੱਜ ਪਤਾ ਹੋਣਾ ਚਾਹੀਦਾ ਉਹਦਾ ਤੁਸੀਂ ਸਫ਼ਰ ਅੱਜ ਸ਼ੁਰੂ ਕਰੋ ਪਹਿਲਾ ਕਦਮ ਤੁਸੀਂ ਅੱਜ ਚੁੱਕੋ ਜੋ ਤੁਸੀਂ 5 ਸਾਲ ਬਾਅਦ ਕਰਨਾ ਹੈ ਤੇ ਇਨਸ਼ਾਅੱਲਾ ਨਕਾਮੀ ਦੇ ਚਾਂਸ ਬਹੁਤ ਘੱਟ ਹੋਣਗੇ ਅਗਰ ਤੁਸੀਂ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਹੋਵੋਦੇ ਕਿਉਂਕਿ ਮੈਂ ਅਜ ਤੱਕ ਐਸਾ ਕੋਈ ਵੀ ਨਹੀਂ ਵੇਖਿਆ ਬੰਦਾ ਕਿ ਜੋ ਸਿੱਖਿਓ ਬਗਾਇਆ ਤੇ ਕਾਮਯਾਬ ਹੋ ਗਿਆ ਤੇ ਜਿੰਨੇ ਜਿੰਨਾ ਸਿੱਖਿਆ ਉਹ ਓਨੇ ਹੀ ਕਾਮਯਾਬੇ ਤੀਸਰੀ ਗੱਲ ਇਹ ਵੀ ਕਿ ਤੁਹਾਨੂੰ ਸਿਖਾਣੇ ਵਾਲਾ ਵੀ ਕੀ ਤੁਹਾਡੇ ਨਾਲ ਮਖਲਸ ਹੈ ਜਿਹੜੇ ਬੰਦੇ ਕੋ ਤੁਸੀਂ ਜਾ ਕੇ ਸਿੱਖਿਆ ਉਹਦੇ ਉੱਤੇ ਤੁਸੀਂ ਬੋਝ ਜਿੱਤੇ ਨੇ ਉਹਦੇ ਉੱਤੇ ਬੋਝ ਤੁਸੀਂ ਬਣ ਵੀ ਜਾਂਦੇ ਹੋ ਅਗਰ ਬੋਝ ਨਹੀਂ ਤੇ ਤੁਸੀਂ ਸਿਰਫ ਜੇ ਅਗਰ ਆਪਣੀ ਸਾਈਡ ਹੀ ਵੇਖੋ ਕਿ ਮੈਂ ਸਿਰਫ ਸਿੱਖਣ ਆਇਆ ਹਾਂ ਬਸ ਜਿੰਨਾ ਕਿ ਪੀਜ਼ਾ ਵੇਲੇਣ ਦੀ ਜਾਚ ਆਈ ਜਿੰਨਾ ਫੋਰਨ ਦੀ ਜਿੰਨਾ ਮੈਂ ਦੱਸਿਆ ਮੈਂ ਉਹ ਕਰਨਾ ਹੈ ਬਾਅਦ ਵਿੱਚ ਮੈਂ ਸਫਾਈ ਨਹੀਂ ਕਰਨੀ ਮੈਂ ਨਹੀਂ ਵੇਖਣਾ ਮੈਨੂੰ ਕੀ ਲੱਗੇ ਮੈਨੂੰ ਕਿਹੜਾ ਪੈਸੇ ਲੱਭਦੇ ਨੇ ਇਹਦੀ ਗਲਤੀ ਤੁਹਾਡੀ ਹੈ ਕਿਉਂਕਿ ਤੁਹਾਨੂੰ ਬੰਦਾ ਮਖਲਸ ਵੀ ਹੋਵੇ ਤਾਂ ਤੁਹਾਡੇ ਨਾਲ ਤੇ ਤੁਹਾਨੂੰ ਸਹਾਨ ਨਹੀਂ ਲੱਗਾ ਉਹਨੇ ਇਹ ਵੇਖਣਾ ਕਿ ਮੈਂ ਇਹਦੇ ਉੱਤੇ ਇੰਨਾ ਟਾਈਮ ਆਇਆ ਕਰ ਰਿਹਾ ਇਨਾ ਪੈਸਾ ਜ਼ਾਇਆ ਕਰ ਰਹੇ ਆ ਪੈਸਾ ਜ਼ਾਇਆ ਕਿਸ ਤਰ੍ਹਾਂ ਹੁੰਦਾ ਹੈ ਜਦੋਂ ਕੋਈ ਵੀ ਤੁਸੀਂ ਕੰਮ ਸ਼ੁਰੂ ਕਰਦੇ ਹੋ ਤੁਹਾਨੂੰ ਕੰਮ ਦਾ ਪਤਾ ਨਹੀਂ ਹੁੰਦਾ ਸਖਾਣੇ ਵਾਲੇ ਨੇ ਤੁਹਾਨੂੰ ਸਖਾਣਾ ਹੁੰਦਾ ਜਿਸ ਟਾਈਮ ਉਹਦੇ ਜਿੰਨੀਆਂ ਚੀਜ਼ਾਂ ਖਰਾਬ ਹੁੰਦੀਆਂ ਨੇ ਜੋ ਕਿ ਤੁਸੀਂ ਬਣਾਉਣ ਲੱਗਦੇ ਹੋ ਇੱਕ ਪੀਜ਼ਾ ਉਹ ਆਟਾ ਹੈ ਵੀ ਤੁਸੀਂ ਵੇਲਿਆ ਖਰਾਬ ਹੋ ਗਿਆ ਕਿਉਂਕਿ ਨਹੀਂ ਵੇਲਿਆ ਗਿਆ ਉਹਨੂੰ ਸੜਣਾ ਪਵੇਗਾ ਜਾਂ ਤੁਹਾਨੂੰ ਉਹ ਮਤਲਬ ਫੋਰਨ ਕਰਦੇ ਆ ਓਵਨ ਕਰਦੇ ਆ ਤੁਹਾਨੂੰ ਪੀਜ਼ਾ ਸੜ ਗਿਆ ਸੜਣਾ ਪਵੇਗਾ ਜਾਂ ਪਹਿਲੇ ਕੁਝ ਦਿਨਾਂ ਵਿੱਚ ਸਿਰਫ ਤੁਹਾਨੂੰ ਆਖਿਆ ਦਾ ਕਿ ਤੁਸੀਂ ਉਹ ਪੀਜ਼ੇ ਲਾਣੇ ਨੇ ਜਿਹੜੇ ਅਸੀਂ ਇੱਥੇ ਆਪ ਖਾਣੇ ਨੇ ਮਤਲਬ ਹੋ ਸਕਦਾ ਉੱਥੇ ਆਪ ਨਾ ਖਾਦੇ ਜਾਣ ਪੀਜ਼ੇ ਇਹਨਾਂ ਸਾਰੀਆਂ ਚੀਜ਼ਾਂ ਅਲ ਵੀ ਅਗਰ ਤੁਸੀਂ ਗੌਰ ਕਰੋ ਨਾ ਤੇ ਤੁਸੀਂ ਕੰਮ ਨੂੰ ਜਲਦੀ ਸਿੱਖ ਜਾਂਦੇ ਹੋ ਬਾਕੀ ਕੰਮ ਆਪਣਾ ਕਰਨੇ ਵਾਸਤੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਕੰਮ ਅਸ ਕੰਮ ਤੁਹਾਨੂੰ 2 ਸਾਲ ਕਿਸੇ ਹੋਰ ਕੋ ਕੰਮ ਕਰਨਾ ਚਾਹੀਦਾ ਹੈ ਬੇਸ਼ੱਕ ਤੁਹਾਡੇ ਕੋਲ ਅੱਜ ਪੈਸੇ ਇੰਨੇ ਆਏ ਨੇ ਕਿ ਜਿਹੜੇ ਤੁਸੀਂ ਇਨਵੈਸਟ ਕਰ ਸਕਦੇ ਹੋ ਲੇਕਿਨ ਸਿੱਖਣਾ ਤੇ ਲਾਜ਼ਮੀ ਹੈ ਭਾਵੇਂ ਇਨਵੈਸਟ ਕਰਨੇ ਤੂੰ ਆਪਣੀ ਦੁਕਾਨ ਬਣਾਉਣ ਤੂੰ ਪਹਿਲੇ ਤੁਸੀਂ ਸਿੱਖ ਲਓ ਭਾਵੇਂ ਤੁਸੀਂ ਬਾਅਦ ਚ ਸਿੱਖ ਲਓ ਅਗਰ ਤੁਸੀਂ ਪਹਿਲੇ ਸਿੱਖ ਲਓਦੇ ਤਾਂ ਤੁਹਾਡਾ ਮਾਈਂਡ ਫਰੈਸ਼ ਹੋਵੇਦਾ ਤੁਸੀਂ ਸਿੱਖਣੇ 'ਤੇ ਜ਼ਿਆਦਾ ਧਿਆਨ ਦੇਉਦੇ ਤੁਸੀਂ ਪਰਫਾਰਮੈਂਸ ਜ਼ਿਆਦਾ ਕਰ ਸਕੋਗੇ ਅਗਰ ਤੁਸੀਂ ਬਾਅਦ ਵਿੱਚ ਕਰੋਦੇ ਫਿਰ ਤੁਹਾਡੀਆਂ ਟੈਨਸ਼ਨਾਂ ਵੀ ਵਧੀਆਂ ਹੋਣਦੀਆਂ ਇੱਕ ਗੱਲ ਇੱਥੇ ਐਡ ਲਾਜ਼ਮੀ ਕਰਾਂਦਾ ਕਿ ਜਿਹੜੇ ਵੀ ਬੰਦੇ ਪੀਜ਼ਾ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਜਿਸ ਦਿਨ ਦੁਕਾਨ ਲੈ ਕੇ ਪਹਿਲੇ ਤਾਂ ਬੜਾ ਸ਼ੌਕ ਹੁੰਦਾ ਨਾ ਦੁਕਾਨ ਲੈ ਕੇ ਸਾਈਨ ਕਰਕੇ ਕੰਟਰੈਕਟ ਆਪਣੇ ਘਰ ਚਲੇ ਜਾਂਦੇ ਨੇ ਪੈਸੇ ਅਡਵਾਂਸ ਦੇ ਕੇ ਅਗਰ ਉਹਨਾਂ ਕੋਲ ਐਸਾ ਪੋਸੀਬਲ ਹੋਵੇ ਯਕੀਨ ਕਰੋ 90% ਬੰਦੇ ਵਾਪਸ ਆ ਜਾਣ ਉਹ ਕਿਰਾਏ ਲੈ ਕੇ ਆਪਣੇ ਵਾਪਸ ਅਡਵਾਂਸ ਵਾਲੇ ਤੇ ਪੇਪਰ ਵਾਪਸ ਦੇ ਜਿਹੜਾ ਨਾ ਉਹਦੀ ਵਜ੍ਹਾ ਕੀ ਹੈ ਕਿ ਜਿਹੜੇ ਦਰਵਾਜ਼ੇ ਬਾਅਦ ਵਿੱਚ ਖੁੱਲਦੇ ਨੇ ਨਾ ਇਥੋਂ ਐ ਹੋਣੇ ਵਾਲਾ ਸੀ ਐ ਹੁਣ ਅਸੀਂ ਪ੍ਰੋਬਲਮਾਂ ਦੇ ਦਰਵਾਜ਼ੇ ਲੇਕਿਨ ਅਗਰ ਕਾਮਯਾਬ ਹੋਣਾ ਹੈ ਤੇ ਇਹਨਾਂ ਪ੍ਰੋਬਲਮ ਨੂੰ ਫੇਸ ਕਰਨਾ ਪੈਣਾ ਹੈ ਇਸ ਤੋਂ ਮੈਂ ਪਿਆਖਣਾ ਕਿ ਜਿਹੜਾ ਤੁਸੀਂ ਕੰਮ ਕਮਦ 2 ਸਾਲ ਕਿਸੇ ਹੋਰ ਬੰਦੇ ਕੋ ਕੰਮ ਕਰਦੇ ਹੋ ਔਰ ਕਮ ਕਮ ਦੋ ਸਾਲਾਂ ਤਿੰਨ ਜਗ੍ਹਾ ਲਾਜ਼ਮੀ ਚੇਂਜ ਕਰੋ ਉਹਦੀ ਵਜ੍ਹਾ ਕੀ ਹੈ ਕਿ ਤਿੰਨ ਜਗ੍ਹਾ ਤੁਸੀਂ ਚੇਂਜ ਕਰੋ ਤੇ ਤੁਹਾਨੂੰ ਮੁxtਲਫ ਆਈਡੀਆਜ਼ ਲੱਭਣ ਦੇ ਤੁਹਾਨੂੰ ਮੁxtਲਫ ਤਜਰਬੇ ਲੱਭਣ ਦੇ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਸਾਡੀ ਇੱਥੇ ਮੰਨੀ ਜਾਂਦੀ ਹੈ ਕਿ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਜਿਹੜੀ ਦੁਕਾਨ ਤੇ ਅਸੀਂ ਕੰਮ ਕਰ ਰਹੇ ਹਾਂ ਇਹ ਦੀ ਸੇਲ ਕੀ ਹੈ ਇਹਦੇ ਖਰਚੇ ਕਿੰਨੇ ਨੇ ਇਹਦੇ ਬਿੱਲ ਕਿੰਨੇ ਆ ਰਹੇ ਨੇ ਇਹ ਬੰਦਾ ਐਜ਼ ਇੱਕ ਮਾਲਕ ਜਿਹੜਾ ਕੰਮ ਇੱਥੇ ਕਰ ਰਿਹਾ ਹੈ ਉਹ ਕਿਸ ਤਰ੍ਹਾਂ ਮੈਨੇਜ ਕਰ ਰਿਹਾ ਕੋਈ ਫਰਕ ਨਹੀਂ ਪੈਂਦਾ ਆਏ ਆਪਣੇ ਫੀਜ਼ੇ ਵੇਲੇ ਫੋਰਾਂਚ ਕਿਤੇ ਕਿੰਨੇ ਲੱਗ ਗਏ ਨਹੀਂ ਲੱਗੇ ਇਹ ਵੀ ਨਹੀਂ ਪਤਾ ਹੁੰਦਾ ਕਿ 1 ਕਿਲੋ ਨਾਲ ਕਿੰਨਾ ਕਿੰਨੇ ਫੀਜ਼ੇ ਲਾ ਸਕਨੇ ਆ 1 ਕਿਲੋ ਚੀਜ਼ ਨਾਲ ਅਸੀਂ ਕਿੰਨੇ ਫੀਜ਼ੇ ਲਾ ਸਕਨੇ ਆ ਬਿਲਕੁਲ ਨਹੀਂ ਪਤਾ ਅੱਜ ਤੱਕ ਗੌਰ ਹੀ ਨਹੀਂ ਕੀਤਾ ਹਾਲਾਂਕਿ ਇਹ ਮੁਸ਼ਕਲ ਚੀਜ਼ਾਂ ਨਹੀਂ ਆਇਆ ਇੱਕ ਬੰਦਾ ਰੋਜ਼ ਆ 10 ਕਿਲੋ ਆਟਾ ਗੁੰਨਣਾ ਨੂੰ ਪਤਾ ਕਿ ਮੇਰੇ ਰੋਜ਼ 10 ਕਿਲੋ ਅਗਰ ਮੈਂ ਆਟਾ ਜਾਂ 20 ਕਿਲੋ ਗੁੰਨਣਾ ਇਹ ਲਿਖੋ ਇਹਨੇ ਭੇੜੇ ਨਿਕਲਦੇ ਨੇ ਫਿਰ ਨਾਰਮਲ ਹੈ ਲੇਕਿਨ ਅਗਰ ਤੁਸੀਂ ਉਹਨਾਂ ਕੋਲ ਪੁੱਛੋ ਤੇ ਜਾ ਕੇ ਭਾਈ 1 ਕਿਲੋ ਚ ਕਿੰਨੇ ਲੱਗਦੇ ਨੇ ਨਹੀਂ ਪਤਾ ਹੁੰਦਾ ਮੈਂ ਇੱਕ ਵੀਡੀਓ ਬਣਾਈ ਸੀ ਕਿ ਉਹ ਪੀਜ਼ਾ ਮੇਕਰ ਤੈਨੂੰ ਇਹ ਪਤਾ ਹੈ ਕਿ ਤੂੰ 1 ਕਿਲੋ ਨਾਲ ਕਿੰਨੇ ਪੀਜ਼ੇ ਲਾਣਾ ਹੈ ਤੇ ਉਹ ਪੀਜ਼ਾ ਮੇਕਰਾਂ ਨੇ ਕੀ ਬੜਿਆਂ ਬੰਦਿਆਂ ਨੂੰ ਤਕਲੀਫ ਹੋਈ ਇਸ ਗੱਲ ਦੀ ਮੈਨੂੰ ਬੜਿਆਂ ਨੇ ਜਵਾਬ ਦਿੱਤੇ ਲੇਕਿਨ ਗਲਤ ਕੋਈ 2 ਪੀਜ਼ੇ ਕਹਿ ਦੇਵੇ ਕੋਈ 10 ਕਹਿ ਦੇਵੇ ਕੋਈ ਕੁਝ ਕਹਿ ਦੇਵੇ ਲੇਕਿਨ ਉਹਦਾ ਜਵਾਬ ਸਹੀ ਕੀ ਸੀ ਕਿ 1 ਕਿਲੋ ਆਟੇ ਵਿੱਚ ਜਦੋਂ ਅਸੀਂ 6 ਸਵਾ 600 ਮਿਲੀਲੀਟਰ ਪਾਣੀ ਪਾਨੇ ਆ ਵਿੱਚ ਨਮਕ ਪਾ ਕੇ ਉਹ ਟੋਟਲ ਬਣ ਜਾਂਦਾ 1600 ਤੇ 50 ਗ੍ਰਾਮ 1650 ਗ੍ਰਾਮ ਦਾ ਭਾਵੇਂ ਇੱਕ ਪੀਜ਼ਾ ਲਾ ਲਓ ਅਗਰ ਤੁਸੀਂ ਵੱਡਾ ਲਾਣਾ ਚਾਹਦੇ ਹੋ ਬੇਸ਼ੱਕ ਦੋ ਲਾ ਲਓ ਅਗਰ ਫੈਮਿਲੀ ਲਾਣਾ ਚਾਹਦੇ ਹੋ ਜਾਂ ਤੁਸੀਂ 250 ਗ੍ਰਾਮ ਦਾ ਜਾਂ 230 ਗ੍ਰਾਮ ਦਾ ਪੇੜਾ ਕਰਨਾ ਚਾਹਦੇ ਹੋ 7 ਤੋਂ 8 ਲਾ ਲਓ ਇਹ ਚੀਜ਼ਾਂ ਦਾ ਸਾਨੂੰ ਅਗਰ ਪਤਾ ਹੋਵੇ ਨਾ ਫਿਰ ਅਸੀਂ ਕਾਮਯਾਬ ਜ਼ਿਆਦਾ ਹੋ ਜਾਂਦੇ ਜਲਦੀ ਹੋ ਜਾਂਦੇ ਆਪਣੇ ਬਿਜ਼ਨਸ ਵਿੱਚ ਇਹ ਗੱਲ ਗਾਂ ਕਰਨੇ ਦਾ ਸਿਰਫ ਮਕਸਦ ਇਹ ਹੈ ਕਿ ਜਿਹੜੇ ਪੈਸੇ ਬੰਦੇ ਬੜੀ ਮੁਸ਼ਕਲ ਨਾਲ ਇਕੱਠੇ ਕਰ ਲੈਂਦੇ ਨੇ 25 3000 ਯੂਰੋ ਮਜ਼ਦੂਰੀ ਕਰਕੇ ਨਾ ਪਤਾ ਹੋਣ ਦੀ ਵਜ੍ਹਾ ਤੋਂ ਉਹ ਜ਼ਾਇਆ ਕਰ ਲੈਂਦੇ ਨੇ ਉਹਨੂੰ ਨਾਂ ਦਿੰਦੇ ਨੇ ਰਿਸਕ ਦਾ ਕਿ ਅਸੀਂ ਰਿਸਕ ਤੇ ਲਿਆ ਕਾਮਯਾਬ ਬਨਾਇਆ ਜਦੋਂ ਸਾਨੂੰ ਰਿਸਕ ਤੇ ਬੇਵਕੂਫੀ ਵਿੱਚ ਫਰਕ ਦਾ ਪਤਾ ਲੱਗ ਜਾਣਾ ਉਦੋਂ ਅਕਸਰ ਰਿਸਕ ਕਾਮਯਾਬ ਹੁੰਦੇ ਨੇ ਬੇਵਕੂਫੀ ਨਾ ਨਹੀਂ ਬੇਵਕੂਫੀ ਕੀ ਹੋਵੇ ਦੀ ਕਿ ਕੰਮ ਦਾ ਪਤਾ ਕੋਈ ਨਾ ਹੋਇਆ ਪੈਸੇ ਇਨਵੈਸਟ ਕਰ ਦਿੱਤੇ ਬਿਜ਼ਨਸ ਸ਼ੁਰੂ ਕਰ ਲਿਆ ਤੇ ਰਿਸਕ ਕੀ ਹੋਇਆ ਕਿ ਆਪਣੇ ਆਪ ਨੂੰ ਇੰਨਾ ਵੈਲਿਡ ਕੀਤਾ ਚਾਰ ਪੈਸੇ ਇਕੱਠੇ ਕੀਤੇ ਹਾਲਾਂਕਿ ਬਿਜ਼ਨਸ ਵਿੱਚ ਪੈਸੇ ਦੀ ਅਮੀਰੀ ਸਿਰਫ 25% ਹੈ ਦੂਜੀ 75% ਤੁਸੀਂ ਮੈਨੇਜਮੈਂਟ ਕਿਸ ਤਰ੍ਹਾਂ ਕਰ ਸਕਦੇ ਹੋ ਤੁਹਾਨੂੰ ਕੰਮ ਕਿੰਨਾ ਆ ਸਕਦਾ ਇਹ ਚੀਜ਼ਾਂ ਨੇ ਤੇ ਮੈਨੂੰ ਉਮੀਦ ਹੈ ਕਿ ਮੇਰੇ ਭਰਾਵਾਂ ਨੂੰ ਸਮਝ ਆ ਗਈ ਹੋਵੇ ਦੀ ਕਿ ਨਵੇਂ ਬੰਦੇ ਵਾਸਤੇ ਕੰਮ ਕਾਮ از ਕਮ 6 ਮਹੀਨੇ ਉਹ ਤਾਂ ਬਾਅਦ 6 ਮਹੀਨੇ ਅਜ਼ਾਇਲ ਪਰ ਅਗਰ ਕੋਈ ਆਖਦਾ ਮੈਂ 1 ਮਹੀਨੇ ਸਿੱਖ ਲੈਣਾ ਵਾ ਉਹ ਝੂਠ ਬੋਲਦਾ ਜੇ ਉਹਨੂੰ ਮੇਰੇ ਕੋਲ ਲਿਆ ਉਹ 2000 ਰੁਪਏ ਦੇਵਾਂਦਾ 1 ਮਹੀਨੇ ਵਿੱਚ ਅਗਰ ਉਹ ਕਾਰੀਗਰ ਬਣ ਜਾਏ ਤੇ 2000 ਕੋਲੋਂ ਦੇਵਾਂਦਾ ਤੇ 1000 ਰੁਪਏ ਦਾ ਉਹਨੂੰ ਸਮਾਨ ਵੀ ਜ਼ਾਇਆ ਕਰਨੇ ਉਹਨਾਂ ਦਾ ਹੋ ਸਕਦਾ ਉਹ ਕਹਵੇ ਕਿ ਨਹੀਂ ਇੱਥੇ ਕੰਮ ਹੈ ਅੱਜ ਅੱਗੇ ਪਿੱਛੇ ਮੈਨੂੰ ਕਰਨ ਨਹੀਂ ਦਿੰਦੇ ਪੈ ਲਈ ਕਰਨ ਤਾਂ ਦਿੰਦੇ ਲਵ ਯੂ ਸਭ ਨੂੰ ਇਨਸ਼ਾਅੱਲਾ ਮਿਲਦੇ ਹਾਂ ਫਿਰ ਨੈਕਸਟ